ਗੁੱਡ ਮਾਰਨਿੰਗ एवरीवन ਮੇਰਾ ਨਾਮ ਜਤਿਨ ਬੰਸਲੇ ਆਜਾ ਆਪਾਂ ਲਾਸਟ 6 ਮੰਥ ਦੇ ਜੋ ਵੀ ਕਰੰਟ ਅਫੇਅਰ ਨੇ ਜਨੂਅਰੀ ਤੋਂ ਲੈ ਕੇ ਜੂਨ ਤੱਕ ਦੇ ਉਹਦੇ ਆਪਾਂ 500 एमसीक्यू ਵਾਲੀ ਸੀਰੀਜ਼ ਕਰ ਰਹੇ ਹਾਂ ਪਾਰਟ 2 ਡਿਸਕਸ ਕਰਾਂਗੇ ਅੱਜ ਇਸ ਤੋਂ ਪਹਿਲਾਂ ਪਾਰਟ 1 ਆਪਾਂ ਡਿਸਕਸ ਕਰ ਚੁੱਕੇ ਹਾਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵੈਲ ਡਿਫਾਈਨਡ ਦੇ ਨਾਲ ਮੈਂ ਹਰ ਇੱਕ ਕਰੰਟ ਅਫੇਅਰ ਨੂੰ ਡਿਫਾਈਨ ਕਰ ਰਿਹਾ ਏ ਬਲੇ ਕਰੰਟ ਅਫੇਅਰ ਤੁਹਾਨੂੰ ਜਿਹੜਾ ਆਪਣਾ ਪੀਸੀਐਸ 2020 ਦਾ ਇਗਜ਼ਾਮ ਆ ਨਾ ਉਹਦੇ ਲਈ ਬੈਨੀਫੀਸ਼ੀਅਲ ਹੈ ਉਸ ਤੋਂ ਬਾਅਦ ਜੋ ਵੀ ਆਪਣੇ ਅੱਗੇ ਇਗਜ਼ਾਮ ਆਣੇ ਨੇ ਇਸ ਸਾਲ ਪਟਵਾਰੀ ਦਾ ਹੋਊਗਾ ਜਾਂ SSC ਦਾ ਜਾਂ ਰੇਲਵੇ ਦਾ ਆਪਾਂ ਕਹਿ ਦਈਏ ਕੋਈ ਵੀ ਇਗਜ਼ਾਮ ਹੋਣਾ ਹੈ ਉਹਦੇ ਲਈ ਸਾਰੇ ਕਰੰਟ ਅਫੇਅਰ ਬਹੁਤ ਜ਼ਿਆਦਾ ਤੁਹਾਨੂੰ ਬੈਨੀਫਿਟ ਦੇਣਗੇ ਬਾਕੀ ਇਹਦੇ ਨਾਲ ਥੋੜਾ ਮोटा मैं ਸਟੈਟਿਕ ਵੀ ਜੀਕੇ ਐਡ ਕਰਦਾ ਹੁੰਨਾ ਵੀ ਤਾਂ ਜੋ ਤੁਹਾਨੂੰ ਮਾੜੀ ਮੋਟੀ ਗੱਲ ਯਾਦ ਰਵੇ ਵਿਦ ਰਿਸਪੈਕਟ ਟੂ ਸਟੈਟਿਕ ਜੀਕੇ ਵੀ ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਤੋਂ ਤੁਹਾਨੂੰ ਨਵੇਂ ਆ ਵੀਡੀਓਜ਼ ਦੇ ਨੋਟੀਫਿਕੇਸ਼ਨ ਆਉਂਦੇ ਰਹਿਣ ਤਾਂ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ ਇਸ ਤੋਂ ਪਹਿਲਾਂ ਆਪਾਂ ਨੇ 15 ਕੁਐਸਚਨ ਡਿਸਕਸ ਕਰ ਚੁੱਕੇ ਆਪਾਂ ਤਾਂ 16th ਕੁਐਸਚਨ ਅੱਜ ਆਪਾਂ ਡਿਸਕਸ ਕਰਦੇ ਹਾਂ 10 ਮਿਲੀਅਨ ਮੀਲ 10 ਮਿਲੀਅਨ ਮੀਲ ਇੱਕ ਕੈਂਪੇਨ ਚਲਾਈ ਹੈ ਕੈਂਪੇਨ ਵਾਸ ਇਨ ਦੀ ਨਿਊਜ਼ ਰੀਸੈਂਟਲੀ ਇਟ ਵਾਸ ਲਾਂਚਡ ਬਾਈ ਵਿਚ ਆਫ ਦੀ ਫਾਲਿੰਗ ਕੰਟਰੀ ਤਾਂ ਬੜੀ ਫੇਮਸ ਮੀਲ ਰਹੀ ਹੈ ਵਰਲਡ ਵਾਈਡ 10 ਮਿਲੀਅਨ ਮੀਲਸ ਤਾਂ ਇਹ ਵਾਲੀ ਜਿਹੜੀ ਕੈਂਪੇਨ ਚਲਾਈ ਹੈਗੀ ਇਹ UAE ਕੰਟਰੀ ਨੇ ਚਲਾਈ ਹੈ ਜਿਹੜੀ ਆਪਣੀ UAE ਹੈ ਤਾਂ D ਦੇ ਉੱਤੇ ਤੁਸੀਂ ਟਿਕ ਲਾ ਦੋਗੇ ਤਾਂ UAE ਦੇ ਬਾਰੇ ਪੜ੍ਹੀਏ ਆਪਾਂ ਜੇ ਥੋੜਾ ਸਟੈਟਿਕ ਜਾ ਕਈ ਵਾਰ ਇਹ ਆਸ ਕਰ ਲੈਂਦਾ ਹੁੰਦਾ ਤਾਂ UAE ਕੀ ਹੈ ਯੂਨਾਈਟਿਡ ਅਰਬ ਐਮੀਰੇਟਸ ਤਾਂ ਇਸ ਦੀ ਕੈਪੀਟਲ ਪੁੱਛ ਲੰਦਾ ਹੁੰਦਾ ਯੂਏਈ ਦੀ ਅਬੂ ਦਾਬੀ ਇਸ ਦੀ ਕੈਪੀਟਲ ਹੈ ਇਸ ਦੀ ਕਰੰਸੀ ਹੈਗਾ ਦਿਰਹਮ ਇਸ ਦੀ ਕਰੰਸੀ ਹੈ ਯੂਏਈ ਦੀ ਤਾਂ ਇਹਦਾ ਪੀਐਮ ਹੈਗਾ ਮੁਹੰਮਦ ਬਿਨ ਰਸੀਦ ਇਸ ਦਾ ਪੀਐਮ ਹੈ ਆਪਣਾ ਯੂਏਈ ਦਾ ਤੇ ਲਾਰਜੈਸਟ ਸਿਟੀ ਦੁਬਈ ਹੈ ਕਈ ਵਾਰ ਇਹ ਵੀ ਕੁਸ਼ਣ ਆ ਵੀ ਦੁਬਈ ਜਿਹੜਾ ਸ਼ਹਿਰ ਹੈ ਜਿਹੜਾ ਇੱਕ ਸਿਟੀ ਹੈ ਬੋਏ ਲਾਰਜੈਸਟ ਸਿਟੀ ਹੈ ਕਿਸੇ ਕੰਟਰੀ ਦੀ ਯੂਏਈ ਦੀ ਸਭ ਤੋਂ ਲਾਰਜੈਸਟ ਸਿਟੀ ਹੈ ਦੁਬਈ ਬੇਟਾ ਤਾਂ ਚਲੋ ਅੱਜ ਨੈਕਸਟ ਕੁਸ਼ਣ ਆਪਾਂ ਕਰਨਾ ਸਟਾਰਟ ਕਰਦੇ ਹਾਂ Danda the Nata festival has recently seen in the news. It is related to which of the following state? ਦਾ ਦੰਡਨਾ ਟਾ ਫੈਸਟੀਵਲ ਐ ਜੋ ਬਹੁਤ ਹੀ ਫੇਮਸ ਸਿਟੀ 오ਡੀਸਾ ਤੋਂ ਬਿਲੋਂਗ ਕਰਦਾ ਹੈ ਤਾਂ ਇਹ ਵਾਲਾ ਫੈਸਟੀਵਲ ਤੁਹਾਨੂੰ ਪਤਾ ਹੈ ਅੱਜ ਕੱਲ ਬਹੁਤ ਜ਼ਿਆਦਾ ਫੈਸਟੀਵਲ ਫੋਕ ਡਾਂਸ ਵਗੈਰਾ ਆਪਣੇ ਐਗਜ਼ਾਮਸ ਦੇ ਵਿੱਚ ਆ ਰਹੇ ਨੇ ਬਿਲਕੁਲ ਲੇਟੈਸਟ ਜੋ ਵੀ ਫੈਸਟੀਵਲ ਹੁੰਦੇ ਨੇ ਤਾਂ ਇਹਨਾਂ ਫੈਸਟੀਵਲਸ ਦੇ ਉੱਤੇ ਵੀ ਤੁਸੀਂ ਆਪਣਾ ਧਿਆਨ ਰੱਖਣਾ ਤਾਂ ਉਡੀਸਾ ਦੇ ਬਾਰੇ ਗੱਲਬਾਤ ਪਹਿਲਾਂ ਆਪਾਂ ਕਰ ਚੁੱਕੇ ਹਾਂ ਵੀ ਉਡੀਸਾ ਦਾ ਜੇ ਆਪਾਂ ਕੈਪੀਟਲ ਦੀ ਗੱਲ ਕਰੀਏ ਭੁਵਨੇਸ਼ਵਰ ਇਸ ਦੀ ਕੈਪੀਟਲ ਹੈ ਸੀਐਮਐ ਦਾ ਆਪਣਾ ਨਵੀਨ ਪਟਨਾਇਕ ਹੈ ਤੇ ਗਵਰਨਰ ਇਸ ਦਾ ਗਣੇਸ਼ੀ ਲਾਲ ਹੈਗਾ ਤੁਸੀਂ ਜੇ ਲਿਖਣਾ ਤਾਂ ਲਿਖ ਵੀ ਸਕਦੇ ਹੈਗੇ ਹੋ ਨੈਕਸਟ ਰੀਸੈਂਟਲੀ ਕੋਵਿਡ 19 ਇਕਨੋਮਿਕ ਟਾਸਕ ਫੋਰਸ ਵਾਸ ਫਾਰਮਡ ਟੂ ਡੀਲ ਵਿਦ ਦੀ ਇਕਨੋਮਿਕ ਚੈਲੰਜਸ ਪੋਸਟਡ ਬਾਏ ਦੀ ਪੈਂਡੈਮਿਕ it is headed by ਤਾਂ ਇੱਕ covid 19 ਇਕਨੋਮਿਕ ਟਾਸਕ ਫੋਰਸ ਬਣਾਈ ਹੈ ਕਹਿੰਦਾ ਇਸ ਨੂੰ ਹੈਡ ਕਿਨੇ ਕੀਤਾ ਸੀਗਾ ਤਾਂ ਯੂਨੀਅਨ ਫਾਈਨਾਂਸ ਮਨਿਸਟਰ ਨੇ ਇਸ ਨੂੰ ਹੈਡ ਕੀਤਾ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਆਪਣੇ ਐਟ ਪ੍ਰੈਸੈਂਟ ਯੂਨੀਅਨ ਫਾਈਨਾਂਸ ਮਨਿਸਟਰ ਹੈਗੇ ਨੇ ਉਹ ਨਿਰਮਲਾ ਸੀਤਾਰਮਨ ਜੀ ਨੇ ਤਾਂ ਇਹ ਇਹ ਹੈਡ ਕਰ ਰਹੇ ਨੇ ਕੋਵਿਡ ਇਕਨੋਮਿਕ ਟਾਸਕ ਫੋਰਸ ਨੂੰ ਨੈਕਸਟ ਬ੍ਰੇਕ ਦੀ ਚੈਨ ਇਨੀਸ਼ੀਏਟਿਵ ਵਾਸ ਇਨ ਦੀ ਨਿਊਜ਼ ਇਟ ਵਾਸ ਰਿਲੇਟਡ ਟੂ ਦਾ ਬ੍ਰੇਕ ਦੀ ਚੇਨ ਜਿਹੜੀ ਇੱਕ ਅ ਟਰਮ ਨਿਊਜ਼ ਦੇ ਵਿੱਚ ਆਈ ਹੈਗੀ ਹੈ ਇੱਕ ਕੈਂਪੇਨ ਹੈ ਬੇਸਿਕਲੀ ਇਹ ਹੈਲਥ ਦੇ ਰਿਗਾਰਡਿੰਗ ਕੈਂਪੇਨ ਹੈਗੀ ਹੈ ਤਾਂ ਹੈਲਥ ਦੇ ਰਿਗਾਰਡਿੰਗ ਕੈਂਪੇਨ ਹੈ ਤਾਂ ਇਹ ਵੀ ਆਸ ਕਰਦਾ ਵੀ ਕਿਸ ਸਟੇਟ ਨੇ ਸਟਾਰਟ ਕੀਤੀ ਹੈ ਤਾਂ ਕੇਰਲਾ ਸਟੇਟ ਨੇ ਸਟਾਰਟ ਕੀਤੀ ਹੈ ਇਹ ਵਾਲੀ ਕੈਂਪੇਨ ਤਾਂ ਕੇਰਲਾ ਵਾਲੇ ਜੇ ਤੁਹਾਨੂੰ ਥੋੜੀ ਸਟੈਟਿਕ ਜੇ ਇੱਕ ਬਾਰੇ ਪਤਾ ਹੋਣਾ ਚਾਹੀਦਾ ਇਹ ਕੇਰਲਾ ਦੀ ਜਿਹੜੀ ਕੈਪੀਟਲ ਹੈਗੀ ਆ ਤਿਰਵੰਤਪੁਰਮ ਹੈ ਤੇ ਉਸ ਤੋਂ ਬਾਅਦ ਇਹ ਰਹੇਗਾ ਸੀਐਮ ਹੈਗਾ ਪਿੰਨਾ ਰਾਈ ਵਿਜਨ ਇਸ ਦਾ ਸੀਐਮ ਹੈ گورنر ਇਸ ਦਾ ਚੇਂਜ ਹੋ ਗਿਆ ਬਿਲਕੁਲ ਨੀ ਲੇਟੈਸ ਜਿਹੜਾ ਗਵਰਨਰ ਆਏਗਾ ਉਹ ਹੰਸਰਾਜ ਭਾਰਦਵਾਜ ਹੈ ਤਾਂ ਹੰਸ ਰਾਜ ਭਾਰਦਵਾਜ ਐਟ ਪ੍ਰੈਜ਼ੈਂਟ ਕੇਰਲਾ ਦਾ ਬਿਲਕੁਲ ਨਵਾਂ ਗਵਰਨਰ ਹੈ ਤਾਂ ਤੁਹਾਨੂੰ ਕੁਐਸਚਨ ਆਸ ਕਰ ਸਕਦਾ ਹੈ ਕਲਾਸਿਕਲ ਡਾਂਸ ਨੇ ਕੁਝ ਕੇਰਲਾ ਦੇ ਬਹੁਤ ਹੀ ਫੇਮਸ ਕਥਕਲੀ ਮੋਹਿਨੀ ਅਟਮ ਕਥਕਲੀ ਤੇ ਮੋਹਿਨੀ ਅਟਮ ਇਹ ਦੋਹੇ ਕਲਾਸਿਕਲ ਡਾਂਸ ਨੇ ਕੇਰਲਾ ਸਟੇਟ ਤੋਂ ਬਿਲੋਂਗ ਕਰਦੇ ਨੇ ਬਾਕੀ ਜੇ ਤੁਸੀਂ ਨਾਲ-ਨਾਲ ਐਗਰੀਕਲਚਰ ਵੀ ਕਰ ਰਹੇ ਹੋ ਤਾਂ ਮੈਂ ਉੱਥੇ ਦੱਸਿਆ ਸੀਗਾ ਵੀ ਕੇਰਲਾ ਸਟੇਟ ਲਾਰਜੈਸਟ ਪ੍ਰੋਡਿਊਸਰ ਹੈ ਕੋਕੋਨਟ ਦਾ ਕਾਰਡਾਮਮ ਦਾ ਠੀਕ ਨਹੀਂ ਗੱਲ ਰਬੜ ਦਾ ਇਹ ਲਾਰਜੈਸਟ ਪ੍ਰੋਡਿਊਸਰ ਹੈਗੇ ਕੇਰਲਾ ਸਟੇਟ ਓਕੇ ਨੈਕਸਟ K R O 0 0 K A bade spelling ne K R 0 0 K is in the news recently it is keha uh, uh, K R 0 0 K basically ki hai eh ik ik vulnerability hai in wifi chips jehde apne wifi chips hai usde vich koi error aaya siga usda naam rakha siga K R 0 0, -0 K okay ta ਏ ਆ ਵਾਈਫਾਈ ਚਿਪਸ ਦੀ ਗੱਲ ਕਰ ਰਹੇ ਹਾਂ ਵਾਈਫਾਈ ਦੀ ਕਈ ਵਾਰ ਆਪਾਂ ਕਹ ਦਈਏ ਇਹਦੀ ਫੁੱਲ ਫਾਰਮ ਆਸ ਕਰ ਲੈਂਦਾ ਹੁੰਦਾ ਵਾਈਫਾਈ ਦੀ ਤਾਂ ਵਾਇਰਲੈਸ ਫिडेलिटी ਵਾਈਫਾਈ ਦੀ ਫੁੱਲ ਫਾਰਮ ਹੈਗੀ ਆ ਓਕੇ ਤਾਂ 20 ਕੁਐਸਚਨ ਅਮੇ ਡਿਸਕਸ ਕਰਦੇ ਹਾਂ ਨੈਕਸਟ ਹੈਗਾ ਜਲ ਯੁਕਤਾ ਸ਼ਿਵਰ వాటర్ ਕਨ ਸਰਵੇਸ਼ਨ ਪ੍ਰੋਜੈਕਟ ਬੜਾ ਫੇਮਸ ਜਲ ਯੁਕਤਾ ਸ਼ੀਵਰ ওয়াটার ਕਨਜ਼ਰਵੇਸ਼ਨ ਪ੍ਰੋਜੈਕਟ ਵਾਸ ਲਾਂਚਡ ਬਾਈ ਵਿਚ ਆਫ ਦੀ ਫਾਲੋਇੰਗ ਸਟੇਟ ਤਾਂ ਜਿਹੜਾ ਜਲ ਯੁਕਤਾ ਸ਼ੀਵਰ ওয়াটার ਕਨਜ਼ਰਵੇਸ਼ਨ ਹੈ ਇਹ ਮਹਾਰਾਸ਼ਟਰ ਸਟੇਟ ਨੇ ਲਾਂਚ ਕੀਤਾ ਹੈ ਰੀਸੈਂਟਲੀ ਮਹਾਰਾਸ਼ਟਰ ਦੀ ਸਟੈਟਿਕ ਬਾਰੇ ਗੱਲ ਕਰੀਏ ਤਾਂ ਮਹਾਰਾਸ਼ਟਰ ਦੀ ਕੈਪੀਟਲ ਹੈਗਾ ਮੁੰਬਈ ਬਟਾ ਸੀਐਮ ਹੈ ਜਦਾ ਹੈਗਾ ਉਦਵ ਠਾਕਰੇ ਤੇ ਗਵਰਨਰ ਹੈਗਾ ਭਗਤ ਸਿੰਘ ਕੋਸ਼ਿਆਰੀ ਤੇ ਫੌਕ ਡਾਂਸ ਬੜਾ ਹੀ ਫੇਮਸ ਹੈ ਲਾਵਨੀ ਨਾ ਦਾ ਫੌਕ ਡਾਂਸ ਬਹੁਤ ਹੀ ਫੇਮਸ ਆਪਣਾ ਮਹਾਰਾਸ਼ਟਰਾ ਦੇ ਵਿੱਚ ਹੈਗਾ ਤੇ ਮਹਾਰਾਸ਼ਟਰਾ ਲਾਰਜੈਸਟ ਪ੍ਰੋਡਿਊਸਰ ਦੀ ਗੱਲ ਕਰੀਏ ਆਂਨੀਆਂ ਦਾ ਲਾਰਜੈਸਟ ਪ੍ਰੋਡਿਊਸਰ ਹੈ ਮੰਗੇਓ ਦਾ ਲਾਰਜੈਸਟ ਪ੍ਰੋਡਿਊਸਰ ਹੈਗਾ ਤੇ ਕਾਜ ਯੂਨਿਟਸ ਕੈਜੂਨਟਸ ਦਾ ਲਾਰਜੈਸਟ ਪ੍ਰੋਡਿਊਸਰ ਹੈਗਾ ਨੈਕਸਟ 22 ਸੈਕਿੰਡ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ टुडे द लार्जेस्ट कंट्रीब्यूटर टू कार्बन डाइऑक्साइड एमिशन इज हुन एक रिसेंटली रिपोर्ट पब्लिश हुई सी जिदे विच कार्बन डाइऑक्साइड एमिटर्स दे नाम रखे गए सेगे ता सब तो ज्यादा जेड़ा कार्बन डाइऑक्साइड प्रोड्यूस कर रहे कंट्री दैट इज द चाइना ता चाइना प्रोड्यूस कर रही है ता ऑप्शन ए चाइना दे उते तुसी टिक ला दोगे नेक्स्ट साइक्लोन अम्फान इज फॉर्मड ओवर ता बहुत ही फेमस बकई साल बाद इनी तीव्रता ना साइक्लोन ਕਲਮ ਫਾਨ ਆਇਆ ਸੀ ਤੁਹਾਨੂੰ ਪਤਾ ਉੜੀਸਾ ਸਟੇਟ ਦੇ ਵਿੱਚ ਮੇਨ ਹਿੱਟ ਕੀਤਾ ਹੈ ਉੜੀਸਾ ਸਟੇਟ ਨੂੰ ਮੇਨ ਹਿੱਟ ਕੀਤਾ ਹੈ ਉੜੀਸਾ ਨੂੰ ਤੇ ਵੈਸਟ ਬੰਗਾਲ ਸਟੇਟ ਨੂੰ ਮੇਨ ਹਿੱਟ ਕੀਤਾ ਆਪਣਾ ਸਾਈਕਲਨ ਅਮਫਾਨ ਨੇ ਠੀਕ ਹੈ ਨਾ ਤਾਂ ਸਾਈਕਲੋਨ ਅਮਫਾਨ ਦੀ ਗੱਲ ਕਰੀਏ ਇਹ ਕਹਿੰਦਾ ਕਿੱਥੇ ਜਨਰੇਟਰ ਸੀਗਾ ਬੇ ਆਫ ਬੰਗਾਲ ਦੇ ਵਿੱਚ ਜਨਰੇਟ ਹੋਇਆ ਤਾਂ ਸੀ ਆਪਸ਼ਨ ਬੇ ਆਫ ਬੰਗਾਲ ਦੇ ਉੱਤੇ ਟਿਕ ਲਾ ਦਾਂਗੇ ਜਿਹੜਾ ਸਾਈਕਲੋਨ ਅਮਫਾਨ ਨਾਮ ਦਿੱਤਾ ਗਿਆ ਸੀ ਇਹ ਥਾਈਲੈਂਡ ਨੇ ਨਾਮ ਦਿੱਤਾ ਜਿਹੜੇ ਥਾਈਲੈਂਡ ਕੰਟਰੀ ਆ ਉਸ ਨੇ ਨਾਮ ਦਿੱਤਾ ਇਸ ਨੂੰ ਸਾਈਕਲੋਨ ਅਮਫਾਨ ਓਕੇ ਨੈਕਸਟ ਵਿਚ ਆਫ ਦੀ ਫਾਲਿੰਗ ਮਿਨਿਸਟਰੀ ਇਜ਼ ਰਨਿੰਗ ਆਪਰੇਸ਼ਨ ਗ੍ਰੀਨ ਤਾਂ ਬਹੁਤ ਹੀ ਫੇਮਸ ਇੱਕ ਆਪਰੇਸ਼ਨ ਗ੍ਰੀਨ ਪ੍ਰੋਜੈਕਟ ਸਟਾਰਟ ਕੀਤਾ ਸੀਗਾ ਇਹ ਸਟਾਰਟ ਕੀਤਾ ਆਪਣਾ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਇੰਡਸਟਰੀ ਤਾਂ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਇੰਡਸਟਰੀ ਨੇ ਸਟਾਰਟ ਕੀਤਾ ਆਪਰੇਸ਼ਨ ਗ੍ਰੀਨ ਤਾਂ ਆਪਰੇਸ਼ਨ ਮਿਨਿਸਟਰ ਯੂਨੀਅਨ ਮਿਨਿਸਟਰ ਦੀ ਗੱਲ ਕਰਿਆ ਹਰ ਸਿਮਰਤ ਕੌਰ ਬਾਦਲ ਹੈ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਤਾਂ ਅੱਜ ਆਪਾਂ ਆਪਰੇਸ਼ਨ ਗ੍ਰੀਨ ਦੀ ਗੱਲ ਕਰੀਏ ਆਪਰੇਸ਼ਨ ਗ੍ਰੀਨ ਦੇ ਵਿੱਚ ਨਾ ਤਿੰਨ ਮੇਨ ਥਿੰਗਸ ਦਾ ਗੱਲ ਕਰ ਟੌਪ ਕਹਿ ਦਿੰਨੇ ਆਪਾਂ ਟੌਪ ਟਮੇਟੋਜ਼ ਆਨੀਅਨ ਤੇ ਪੋਟੈਟੋਜ਼ ਤਾਂ ਇਹਨਾਂ ਬਾਰੇ ਡਿਸਕਸ਼ਨ ਕੀਤੀ ਗਈ ਹੈਗੀ ਹੈ ਤਾਂ 2018-19 ਦੇ ਬਜਟ ਦੇ ਵਿੱਚ ਆਪਰੇਸ਼ਨ ਗ੍ਰੀਨ ਨੂੰ ਰੱਖਿਆ ਗਿਆ ਸੀਗਾ 500 ਕਰੋੜ ਰੁਪਿਆ ਦਿੱਤਾ ਗਿਆ ਸੀਗਾ ਆਪਰੇਸ਼ਨ ਗ੍ਰੀਨ ਵਾਸਤੇ ਵੀ ਤਾਂ ਜੋ ਇਹਨਾਂ ਦੀ ਇਹਨਾਂ ਨੂੰ ਪ੍ਰੋਪਰ ਵੇ ਨਾਲ ਜਨਤਾ ਤੱਕ ਆਨੀਅਨ, ਪੋਟੈਟੋ ਤੇ ਆਪਾਂ ਕਹਿ ਦਿੰਨੇ ਆ ਇੱਕ ਆਪਣਾ ਟਮਾਟੋਸ ਦੇ ਪ੍ਰਾਈਸ ਬਿਲਕੁਲ ਠੀਕ ਰਹਿਣ ਤੇ ਕਿਸਾਨ ਆਮ ਲੋਕਾਂ ਨੂੰ ਇੱਕ ਸਹੀ ਰੇਟ ਦੇ ਉੱਤੇ ਵੇਚਣ ਤਾਂ ਆਪਰੇਸ਼ਨ ਗ੍ਰੀਨ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਇੰਡਸਟਰੀ ਨੇ ਸਟਾਰਟ ਕੀਤਾ ਸੀਗਾ ਨੈਕਸਟ ਅਲੋਂਗ ਦੀ ਬੈਂਕ ਆਫ ਵਿਚ ਆਫ ਦੀ ਫਾਲਿੰਗ ਰਿਵਰ ਅ ਕੋਰੀਡੋਰ ਆਫ ਮੈਡੀਕਲ ਪਲਾਂਟ ਵਿਲ ਬੀ ਡਿਵੈਲਪਡ ਤਾਂ ਕੋਰੀਡੋਰ ਆਫ ਮੈਡੀਕਲ ਪਲਾਂਟ ਡਿਵੈਲਪ ਕੀਤੇ ਜਾ ਰਹੇ ਨੇ ਜਿਹੜਾ ਮਤਲਬ ਕੋਰੀਡੋਰ ਹੁੰਦਾ ਇੱਕ ਆਪਣਾ ਰੀਵਰ ਦਾ ਕੰਡਾ ਜੇ ਹੁੰਦੇ ਨੇ ਤਾਂ ਗੰਗਾ ਰੀਵਰ ਤਾਂ ਡੀ ਆਪਸ਼ਨ ਗੰਗਾ ਰੀਵਰ ਦੇ ਤੇ ਟਿੱਕ ਲਾ ਦੋਗੇ ਥੋੜਾ ਜਿਹਾ ਹੁਣੀ ਰੀਸੈਂਟਲੀ ਨਿਊਜ਼ ਵਿੱਚ ਸੀਗਾ ਕੀ ਗੱਲਬਾਤ ਹੋਈ ਹੈ ਬੇਸਿਕਲੀ ਕਿਉਂ ਨਿਊਜ਼ ਦੇ ਵਿੱਚ ਹੈ ਇੱਕ ਨੈਸ਼ਨਲ ਮੈਡਿਕ ਮੈਡੀਸਿਨਲ ਪਲਾਂਟਸ ਬੋਰਡ ਹੈਗਾ ਐਨ ਐਮ ਪੀ ਬੀ ਨੈਸ਼ਨਲ ਮੈਡੀਸਿਨਲ ਪਲਾਂਟ ਬੋਰਡ ਹੈਗਾ ਔਰ ਬਿਲ ਬ੍ਰਿੰਗ 800 ਹੈਕਟੇਅਰ ਏਰੀਆ 800 ਹੈਕਟੇਅਰ ਏਰੀਆ ਬਾਈ ਡੈਵਲਿਮ ਬਾਈ ਡਿਵੈਲਪਿੰਗ ਆ ਕੋਰਿਡੋਰ ਆਫ ਮੈਡੀਸਿਨਲ ਪਲਾਂਟ ਅਲੋਂਗ ਦੀ ਰਿਵਰ ਆਫ ਗੰਗਾ ਰਿਵਰ ਤਾਂ ਗੰਗਾ ਰਿਵਰ ਦੇ ਕੰਡੇ ਉਤੇ 800 ਹੈਕਟੇਅਰ ਏਰੀਆ ਦੇ ਉਤੇ ਮੈਡੀਸਿਨਲ ਪਲਾਂਟ ਲਗਾਣੇ ਨੇ ਐਮ ਐਨ ਐਮ ਪੀ ਬੀ ਦੇ ਅਕੋਰਡਿੰਗ ਉਸ ਤੋਂ ਬਾਅਦ ਰੁਪੀਏ 4000 ਕਰੋੜ ਅਲੋਕੇਟ ਕੀਤੇ ਗਏ ਨੇ ਇਹਦੇ ਵਾਸਤੇ ਹਰਬਲ ਕਲਟੀਵੇਸ਼ਨ ਕਹਿੰਦੇ ਨੇ ਇਸ ਨੂੰ ਆਪਾਂ ਮੈਡੀਸਿਨਲ ਹਰਬਲ ਕਲਟੀਵੇਸ਼ਨ ਦੇ ਲਈ ਤੇ ਨੀਅਰ ਅਬਾਊਟ 10 10 ਲੱਖ ਹੈਕਟੇਅਰ ਏਰੀਆ ਵਿਲ ਬੀ ਕਵਰਡ ਅੰਡਰ ਹਰਬਲ ਕਲਟੀਵੇਸ਼ਨ ਇਨ ਨੈਕਸਟ 2 ਇਅਰ ਤਾਂ ਇਹ ਵੀ ਕੁਐਸਚਨ ਆ ਸਕਦਾ ਹੈ ਵੀ ਕਿੰਨਾ ਹੈਕਟੇਅਰ ਏਰੀਆ ਅਗਲੇ 2 ਸਾਲਾਂ ਤੱਕ ਆਪੜਿਆ 10 ਲੱਖ ਹੈਕਟੇਅਰ ਏਰੀਆ ਜਿਹੜਾ ਹੈਗਾ ਆਪਣਾ 2 ਸਾਲ ਦੇ ਵਿੱਚ ਹਰਬਲ ਕਲਟੀਵੇਸ਼ਨ ਚ ਲੈ ਕੇ ਆਣਾ ਹੈ ਜਿਹੜਾ ਇਹ ਹਰਬਲ ਕਲਟੀਵੇਸ਼ਨ ਹੈ ਗੰਗਾ ਰਿਵਰ ਦੇ ਅਲੋਂਗ 800 ਹੈਕਟੇਅਰ ਏਰੀਆ ਜਿਹੜਾ ਹੈਗਾ ਉਹ ਵਾਲਾ ਲਾਂਚ ਕੀਤਾ ਗਿਆ ਸੀਗਾ ਨੈਕਸਟ where is the headquarters of national center for disease control national ncdc बोल दनेया ncdc national center for disease control ਠੀਕ ਹੈ ਨਾ ਤਾਂ ਜੇ ਆਪਾਂ ਇਸ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਹੈੱਡਕੁਆਟਰ ਹੈਗਾ ਦਿੱਲੀ ਦੇ ਵਿੱਚ ਇਸ ਦਾ ਹੈੱਡਕੁਆਟਰ ਹੈਗਾ ਤਾਂ ਇਹ ਨਿਊਜ਼ ਦੇ ਵਿੱਚ ਸੀਗਾ ਕਿਉਂ ਆਇਆ ਨਿਊਜ਼ ਦੇ ਵਿੱਚ ਤਾਂ ਰੀਸੈਂਟਲੀ ਦੀ ਯੂਨੀਅਨ ਮਿਨਿਸਟਰ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਜਿਹੜਾ ਹੈਲਥ ਐਂਡ ਫੈਮਿਲੀ ਵੈਲਫੇਅਰ ਸੀਗੇ ਉਹ ਵਿਜ਼ਿਟ ਕੀਤੇ ਸੀਗੇ ਨੈਸ਼ਨਲ ਸੈਂਟਰ ਆਫ ਡਿਜ਼ੀਜ਼ ਕੰਟਰੋਲ ਟੂ ਰੀਵਿਊ ਦੀ ਕਰੰਟ ਸਟੇਟਸ ਆਫ ਕੋਵਿਡ 19 ਤਾਂ ਇਹਦਾ ਕੋਵਿਡ-19 ਦਾ ਕਰੰਟ ਸਟੇਟਸ ਸੀਗਾ ਉਹ ਜਾਣਨ ਦੇ ਲਈ ਜਿਹੜੇ ਆਪਣੇ ਯੂਨੀਅਨ ਮਨਿਸਟਰ ਨੇ ਹੈਲਥ ਦੇ ਹੈਲਥ ਦੇ ਯੂਨੀਅਨ ਮਨਿਸਟਰ ਆਪਣੇ ਹਰਸ਼ਵਰਧਨ ਜੀ ਨੇ ਤਾਂ ਇਹ ਵੀ ਕੁਐਸਚਨ ਆ ਸਕਦਾ ਕਿਉਂਕਿ ਅੱਜ ਕੱਲ ਤਾਂ ਹੈਲਥ ਹੀ ਸਭ ਤੋਂ ਇੰਪੋਰਟੈਂਟ ਹੋਈ ਪਈ ਹੈ ਤਾਂ ਐਚ ਫਾਰ ਹੈਲਥ ਐਚ ਫਾਰ ਹਰਸ਼ਵਰਧਨ ਆਪਣਾ ਆਪਣੇ ਕੇਂਦਰੀ ਮੰਤਰੀ ਨੇ ਯੂਨੀਅਨ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਓਕੇ ਤਾਂ ਇਹ ਨਿਊਜ਼ ਦੇ ਵਿੱਚ ਇਹ ਗੱਲਾਂ ਨਿਊਜ਼ ਚ ਆਉਂਦੀਆਂ ਨੇ ਤਾਂ ਇਸ ਤਰੀਕੇ ਨਾਲ ਕੁਐਸਚਨ ਬਣ ਜਾਂਦਾ ਹੁੰਦਾ ਓਕੇ ਨੈਕਸਟ Global Forest Resource Assessment 2020 report, very famous Global Forest uh, Resource Assessment, FRA, and then a Forest Resource Assessment report. Uh, 2020 ਦੀ ਇਸ ਰਿਲੀਜ਼ਡ ਬਾਈ ਤਾਂ ਇਸ ਨੂੰ ਕਿਹਨੇ ਰਿਲੀਜ਼ ਕੀਤਾ ਤਾਂ ਇਸ ਨੂੰ ਯੂਨਾਈਟਿਡ ਨੇਸ਼ਨ ਦੀ ਇੱਕ ਸਪੈਸ਼ਲਾਈਜ਼ਡ ਏਜੰਸੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਲਾਂਚ ਕੀਤਾ ਹੈ ਐਫ ਏ ਓ ਨੇ ਲਾਂਚ ਕੀਤਾ ਹੈ ਤਾਂ ਉੱਥੇ ਯੂਨਾਈਟਿਡ ਜੇ ਐਫ ਏ ਓ ਨਾ ਹੋਇਆ ਤਾਂ ਉੱਥੇ ਯੂ ਐਨ ਵੀ ਲਿਖਿਆ ਹੋ ਸਕਦਾ ਹੈ ਤਾਂ ਯੂ ਐਨ ਐਫ ਏ ਓ ਵੀ ਲਿਖਿਆ ਹੋ ਸਕਦਾ ਇੰਨੀ ਗੱਲ ਧਿਆਨ ਵਿੱਚ ਰੱਖਿਓ ਤਾਂ ਯੂ ਐਨ ਐਫ ਏ ਓ ਕਹਿ ਸਕਦਾ ਇਕੱਲਾ ਐਫ ਏ ਓ ਕਹਿ ਸਕਦਾ ਜਾਂ ਇਕੱਲਾ ਯੂਨਾਈਟਿਡ ਨੇਸ਼ਨ ਵੀ ਕਹਿ ਸਕਦਾ ਮੇਨ ਤਾਂ ਐਫ ਏ ਓ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਜਦੋਂ ਆਪਾਂ ਇਹਦੀ ਗੱਲ ਕਰੀਏ ਐਫਏਓ ਦੀ ਗੱਲ ਕਰੀਏ ਬਹੁਤ ਵਾਰੀ ਕੁਐਸਚਨ ਆ ਚੁੱਕਾ ਹੈ ਵੀ ਇਹ ਕਦੋਂ ਐਸਟੈਬਲਿਸ਼ ਹੋਈ ਸੀਗੀ ਤਾਂ ਇਹ 16 ਅਕਤੂਬਰ 1945 ਨੂੰ ਐਸਟੈਬਲਿਸ਼ ਹੋਇਆ ਤਾਂ 1945 ਵਿੱਚ ਜਿਵੇਂ ਆਪਾਂ ਨੇ ਪਹਿਲਾਂ ਕਰੰਟ ਅਫੇਅਰ ਚ ਆਈਐਮਐਫ ਪੜਿਆ ਸੀਗਾ ਵਰਲਡ ਬੈਂਕ ਪੜਿਆ ਸੀਗਾ ਉਹ ਵੀ 1945 ਵਿੱਚ ਐਸਟੈਬਲਿਸ਼ ਹੋਇਆ ਸੀਗੇ ਤਾਂ ਇਹ ਵੀ ਐਫਏਓ ਹੈ 1945 ਵਿੱਚ ਐਸਟੈਬਲਿਸ਼ ਹੋਇਆ ਇਹ ਜਿਹੜਾ 16 ਆਫ ਅਕਤੂਬਰ ਹੈਗਾ ਇਸ ਨੂੰ ਆਪਾਂ ਬੜਾ ਫੇਮਸ ਵਰਲਡ ਫੂਡ ਡੇ ਦੇ ਨਾਂ ਨਾਲ ਸੈਲੀਬ੍ਰੇਟ ਕਰਦੇ ਹੈਗੇ ਆ ਹੈੱਡ ਕੁਆਟਰ ਬਹੁਤ ਵਾਰੀ ਆਸ ਕਰਦਾ ਐਫ ਏ ਓ ਦਾ ਹੈੱਡ ਕੁਆਟਰ ਰੋਮ ਇਟਲੀ ਦੇ ਵਿੱਚ ਹੈਗਾ ਤੇ ਇਸ ਦਾ ਡਾਇਰੈਕਟਰ ਜਨਰਲ ਨਵਾਂ ਬਣਿਆ ਸੀਗਾ ਕੋ ਡੋਂਗੂ ਤੱਕ ਡੋਂਗੂ ਜਿਹੜਾ ਸੀਗਾ ਇਹ ਨਵਾਂ ਡਾਇਰੈਕਟਰ ਜਨਰਲ ਬਣਿਆ ਐ ਐਫ ਏਓ ਦਾ ਤੁਹਾਨੂੰ ਇੰਨੇ ਬਾਰੇ ਇੰਨੀ ਕ ਜਾਣਕਾਰੀ ਪਤਾ ਹੋਣੀ ਚਾਹੀਦੀ ਹੈ ਜੇ ਆਪਾਂ ਇਸ ਰਿਪੋਰਟ ਦੀ ਗੱਲ ਕਰੀਏ ਤਾਂ ਇਸ ਰਿਪੋਰਟ ਦੀ ਗੱਲ ਕਰੀਏ ਪੀਐਸ ਲੈਵਲ ਤੇ ਰਿਪੋਰਟ ਦੀ ਗੱਲ ਆ ਸਕਦੀ ਹੈ ਐਫ ਆਰਏ ਜਿਹੜੀ ਆਪਣੀ ਫੋਰੈਸਟ ਰਿਸੋਰਸ ਅਸੈਸਮੈਂਟ ਰਿਪੋਰਟ ਹੈਗੀ ਇਸ ਦੇ ਜਿਹੜੇ ਕੀ ਪੁਆਇੰਟਸ ਦੀ ਗੱਲ ਕਰੀਏ ਤਾਂ ਤੁਹਾਨੂੰ ਇਹ ਵਾਲਾ ਕੁਐਸਚਨ ਵੀ ਆਏ ਹੋਏ ਕੁਐਸਚਨ ਨੇ ਤਾਂ ਮਤਲਬ ਐਫ ਆਰਏ ਰਿਪੋਰਟ ਤਾਂ ਆਂਦੀ ਰਹਿੰਦੀਆਂ ਨੇ ਤਾਂ ਪਹਿਲਾ ਇਹ ਕੁਐਸਚਨ ਆਇਆ ਵੀ ਲਾਰਜੈਸਟ ਜਿੰਨਾ ਵੀ ਵਰਲਡ ਦੇ ਫੋਰੈਸਟ ਨੇ ਕਈ ਤਰ੍ਹਾਂ ਦੇ ਫੋਰੈਸਟ ਹੁੰਦੇ ਨੇ ਤਾਂ ਉਹਨਾਂ ਵਿੱਚ ਸਭ ਤੋਂ ਜਿਹੜਾ ਲਾਰਜੈਸਟ ਪ੍ਰੋਪੋਰਸ਼ਨ ਹੈਗਾ ਵਰਲਡ ਫੋਰੈਸਟ ਵਰ ਟ੍ਰੋਪੀਕਲ ਤਾਂ ਇਹ ਵਾਲਾ ਵਰਡ ਆਊਗਾ ਟ੍ਰੋਪੀਕਲ ਫੋਰੈਸਟ ਸਾ ਵਰਲਡ ਵਾਈਡ 45% ਜਿੰਨਾ ਵੀ ਫੋਰੈਸਟ ਹੈਗਾ ਉਹਦੇ ਚ ਸਭ ਤੋਂ ਜ਼ਿਆਦਾ ਪਰਸੈਂਟੇਜ ਹੈ ਟ੍ਰੋਪੀਕਲ ਫੋਰੈਸਟ ਦੇ ਆ 45% ਉਸ ਤੋਂ ਬਾਅਦ ਬੋਰিয়াল ਨਾਂ ਦਾ ਇੱਕ ਫੋਰੈਸਟ ਹੁੰਦਾ 27% ਹੈ ਦੂਜੇ ਨੰਬਰ ਤੇ ਕਹਿ ਸਕਦਾ ਦੋਸਤੋ ਆ ਟੈਂਪਰੇਟ ਨਾਂ ਦਾ ਹੁੰਦਾ ਤਾਂ ਇਸ ਤਰੀਕੇ ਦੇ ਹੁੰਦੇ ਨੇ ਤਾਂ ਯਾਦ ਰੱਖਿਓ ਟ੍ਰੋਪੀਕਲ ਫੋਰੈਸਟ ਦੀ ਪਰਸੈਂਟੇਜ ਸਭ ਤੋਂ ਜ਼ਿਆਦਾ ਹੈਗਾ ਵਰਲਡ ਲੈਵਲ ਤੇ ਨੈਕਸਟ ਦੀ ਗੱਲ ਕਰੀ ਆਪਾਂ ਦੀ ਵਰਲਡ ਟੋਟਲ ਫੋਰੈਸਟ ਏਰੀਆ ਵਾਸ 4.06 ਬਿਲੀਅਨ ਹੈਕਟੇਅਰ ਤਾਂ ਇਹ ਵੀ ਕੁਐਸਚਨ ਆ ਸਕਦਾ ਵੀ ਵਰਲਡ ਇਸ ਟੋਟਲ ਫੋਰੈਸਟ ਏਰੀਆ ਕਿੰਨਾ ਹੈਗਾ 4.06 ਬਿਲੀਅਨ ਹੈਕਟੇਅਰ ਵਿਚ ਵਾ 31% ਆਫ ਟੋਟਲ ਲੈਂਡ ਏਰੀਆ ਇਹ ਕੁਐਸਚਨ ਵੀ ਬਹੁਤ ਫੇਮਸ ਬਣ ਸਕਦਾ ਹੈ ਵੀ ਕਿੰਨਾ ਕੁ ਲੈਂਡ ਏਰੀਆ ਫੋਰੈਸਟ ਦਾ ਹੈਗਾ 31% ਆਫ ਟੋਟਲ ਲੈਂਡ ਏਰੀਆ ਆਪਣਾ ਫੋਰੈਸਟ ਨੇ ਘੇਰਿਆ ਹੋਇਆ ਹੈਗਾ ਉਸ ਤੋਂ ਬਾਅਦ ਜਿਹੜਾ ਟੌਪ 5 ਕੰਟਰੀ ਇਹ ਵੀ ਆ ਸਕਦਾ ਹੈ ਵੀ ਟੌਪ 5 ਕੰਟਰੀ ਕਿੰਨੇ ਪਰਸੈਂਟ ਹੈਗਾ ਨੀਅਰ ਅਬਾਊਟ 54% ਫੋਰੈਸਟ ਦਾ ਕੱਲੀ ਆ ਇਹ ਪੰਜ ਕੰਟਰੀਜ਼ ਦੇ ਵਿੱਚ ਹੀ ਹੈ ਤਾਂ ਇਹ ਆਸ ਕਰਾ ਕਿ ਕਿਹੜੀ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਆਪਣਾ ਫੋਰੈਸਟ ਏਰੀਆ ਹੈਗਾ ਰਸ਼ੀਆ ਦੇ ਵਿੱਚ ਤਾ ਰਸ਼ੀਆ ਦੇ ਚ ਨੀਅਰ ਅਬਾਊਟ 815 ਮਿਲੀਅਨ ਹੈਕਟੇਅਰ ਹੈ ਇਹ ਤਾਂ ਮਿਲੀਅਨ ਹੈਕਟੇਅਰ 815 ਰਸ਼ੀਆ ਤੁਮਬਾ ਸਭ ਤੋਂ ਬੜੀ ਕੰਟਰੀ ਹੈ ਵਰਲਡਵਾਈਡ ਤਾਂ ਇਸ ਦੇ ਵਿੱਚ ਫੋਰੈਸਟ ਏਰੀਆ ਵੀ ਸਭ ਤੋਂ ਜ਼ਿਆਦਾ ਹੈਗਾ ਵਰਲਡਵਾਈਡ ਰਸ਼ੀਆ ਦੇ ਵਿੱਚ ਜੇ ਤੁਹਾਨੂੰ ਇੰਡੀਆ ਵਿੱਚ ਪੁੱਛੇ ਇੰਡੀਆ ਵਿੱਚ ਫੋਰੈਸਟ ਸਭ ਤੋਂ ਜ਼ਿਆਦਾ ਕਿਹੜੀ ਸਟੇਟ ਦੇ ਵਿੱਚ ਆ ਤਾਂ ਮੱਧਿਆ ਪ੍ਰਦੇਸ਼ ਵਿੱਚ ਆਪਣੇ ਇੰਡੀਆ ਵਿੱਚ ਫੋਰੈਸਟ ਸਭ ਤੋਂ ਜ਼ਿਆਦਾ ਹੈਗਾ ਵਰਲਡਵਾਈਡ ਦੀ ਗੱਲ ਕਰੀਏ ਤਾਂ ਵਰਲਡਵਾਈਡ ਦੇ ਵਿੱਚ ਆਪਣਾ ਰਸ਼ੀਆ ਕੰਟਰੀ ਦੇ ਸਭ ਤੋਂ ਜ਼ਿਆਦਾ ਫੋਰੈਸਟ ਹੁੰਦਾ ਓਕੇ ਬਾਕੀ ਆਪਣਾ ਬ੍ਰਾਜ਼ੀਲ ਦੇ ਵਿੱਚ ਕੈਨੇਡਾ ਯੂ ਐਸ ਏ ਚਾਈਨਾ ਇਸ ਤਰੀਕੇ ਨਾਲ ਆਪਣਾ ਲਿਖਿਆ ਹੋਇਆ ਠੀਕ ਹੈ ਨੈਕਸਟ Who is the chairman of NDMA ta NDMA ki hunda hai National Disaster Management Authority NDMA National Disaster Management Authority hai ida jara apna chairman hunda hai apna prime minister hunda hai ਤਾਂ ਇਹ ਬੇਸਿਕਲੀ ਇਹ ਵੀ ਪੁੱਛ ਸਕਦਾ ਵੀ ਐਨ ਡੀ ਐਮਾ ਜਿਹੜਾ ਕਿਹਦੇ ਅੰਡਰ ਚੱਲਦਾ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਚੱਲਦਾ ਤੁਹਾਨੂੰ ਪਤਾ ਹੋਣਾ ਤਾਂ ਇਹਦਾ ਵੀ ਕੇਂਦਰੀ ਮੰਤਰੀ ਆਪਣੇ ਹੋਮ ਅਫੇਅਰਸ ਦੇ ਕਿਹੜੇ ਨੇ ਅਮਿਤ ਸ਼ਾਹ ਜੀ ਆਪਣੇ ਕੇਂਦਰੀ ਮੰਤਰੀ ਨੇ ਹੋਮ ਅਫੇਅਰਸ ਦੇ ਤਾਂ ਇਹ ਬੋਲੇ ਤੁਹਾਨੂੰ ਆਮ ਤੌਰ ਤੇ ਤੁਹਾਨੂੰ ਯਾਦ ਹੀ ਰਹਿੰਦੇ ਨੇ ਹਨਾ ਤਾਂ ਐਨ ਡੀ ਐਮਾ ਕਿਉਂ ਨਿਊਜ਼ ਦੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਹਮਫਾਨ ਆਇਆ ਸੀਗਾ ਤਾਂ ਉਹਦੇ ਕਰਕੇ ਡਿਜਾਸਟਰ ਹੋਇਆ ਜੋ ਵੀ ਤਾਂ ਉਹਦੇ ਵਾਸਤੇ ਐਨ ਡੀ ਐਮਾ ਦੇ ਟੀਮਜ਼ ਹੁੰਦੀਆਂ ਨੇ ਤਾਂ ਜਿਹੜਾ ਅੱਗੇ ਜਾ ਕੇ ਅੱਗੇ ਜਾਂਦੀਆਂ ਨੇ ਨੈਕਸਟ ਵਿਚ ਆਫ ਦੀ ਫਾਲਿੰਗ ਟੂ ਕੰਟਰੀਜ਼ ਡਾਇਮਰ ਭਾਸ਼ਾ ਡੈਮ ਇਜ਼ ਅ ਜੁਆਇੰਟ ਵੈਂਚਰ ਆਫ ਤਾਂ ਇਹਨਾਂ ਵਿੱਚ ਕਿਹੜੇ ਦੋ ਕੰਟਰੀਜ਼ ਡਾਇਮਰ ਭਾਸ਼ਾ ਡੈਮ ਬਣਾ ਰਹੀਆਂ ਨੇ ਪੀਓਕੇ ਏਰੀਆ ਦੇ ਵਿੱਚ ਤਾਂ ਉਹ ਆਪਣਾ ਪਾਕਿਸਤਾਨ ਤੇ ਚਾਈਨਾ ਕੰਟਰੀ ਦੀ ਜੁਆਇੰਟ ਵੈਂਚਰ ਹੈ ਇਹ ਡਾਇਮਰ ਭਾਸ਼ਾ ਡੈਮ ਇਹ ਤਾਂ ਹੀ ਉਹਦੇ ਵਿੱਚ ਹੈਗਾ ਥਿਸ ਡੈਮ ਪੀਓ ਕੇ ਏਰੀਆ ਦੇ ਵਿੱਚ ਹੈਗਾ ਇਹ ਵਾਲਾ ਤਾਂ ਇਹ ਵਾਲਾ ਡੈਮ ਇੰਡਸ ਰਿਵਰ ਦੇ ਅਕ੍ਰੋਸ ਬਣਾਇਆ ਜਾ ਰਿਹਾ ਹੈ ਵੀ ਕੁਐਸਚਨ ਆ ਸਕਦਾ ਜਿਹੜਾ ਡਾਈਮਰ ਭਾਸ਼ਾ ਡੈਮ ਹੈਗਾ ਉਹ ਪੀਓ ਕੇ ਏਰੀਆ ਦੇ ਵਿੱਚ ਬਣ ਰਿਹਾ ਤੇ ਇੰਡਸ ਰਿਵਰ ਦੇ ਉੱਤੇ ਬਣਾਇਆ ਜਾ ਰਿਹਾ ਤੇ ਜੁਆਇੰਟ ਵੈਂਚਰ ਆਪਣਾ ਪਾਕਿਸਤਾਨ ਤੇ ਚਾਈਨਾ ਦੀ ਜੁਆਇੰੰਟ ਵੈਂਚਰ ਹੈਗੀ ਹੈ ਓਕੇ ਨੈਕਸਟ ਹੂ ਇਜ਼ ਦੀ ਪ੍ਰੈਜ਼ੀਡੈਂਟ ਆਫ ਇੰਡੀਅਨ ਰੈੱਡ ਕਰਾਸ ਸੁਸਾਇਟੀ ਤਜਿਹੀ ਇੰਡੀਅਨ ਰੈੱਡ ਕਰਾਸ ਸੁਸਾਇਟੀ ਹੁੰਦੀ ਆ ਉਹਦਾ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਨੈਕਸਟ ਵਿਚ ਆਫ ਦੀ ਫਾਲੋਇੰਗ ਇਜ਼ ਨੋਟ ਆ ਟਾਰਗੇਟ ਐਜ਼ ਪਰ ਵਰਲਡ ਹੈਲਥ ਅਸੈਂਬਲੀ ਵਿਚ ਇਜ਼ ਟੂ ਬੀ ਮੈਟ ਬਾਈ 2025 ਤਾਂ ਵਰਲਡ ਹੈਲਥ ਅਸੈਂਬਲੀ ਹੋਈ ਸੀ ਰੀਸੈਂਟਲੀ ਤਾ 2025 ਉਹਨਾਂ ਨੇ ਕੁਝ ਟਾਰਗੇਟ ਰੱਖੇ ਸੀਗੇ ਤਾਂ ਉਹਨਾਂ ਵਿੱਚ ਕਹਿੰਦਾ ਇੱਕ ਟਾਰਗੇਟ ਹੈ ਜਿਹੜਾ ਨਹੀਂ ਹੈਗਾ that is the child death rate ਤਾਂ ਕਹਿੰਦੇ ਅਨੀਮੀਆ ਚਾਈਲਡਹੂਡ ਓਵਰ weight ਸਟੰਟਿੰਗ ਹੈ ਜਿਹੜੇ 2025 ਤੱਕ ਆਪਾਂ ਨੇ ਪੂਰੇ ਕੰਪਲੀਟ ਖਤਮ ਕਰ ਦੇਣਾ ਤੇ ਚਾਈਲਡ ਡੈਥ ਰੇਟ ਬਾਰੇ ਕੋਈ ਗੱਲਬਾਤ ਨਹੀਂ ਹੋਈ ਤਾਂ ਡੀ অপਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਨੈਕਸਟ ਪੈਂਗੋਂਗ ਟੈਸੋ ਲੇਕ ਇਜ਼ ਲੋਕੇਟਿਡ ਇਨ ਤਾ ਬੜੀ ਫੇਮਸ ਇਸ ਟਾਈਮ ਤੇ ਡਿਸਪਿਊਟਡ ਏਰੀਆ ਵਿੱਚ ਜਿਹੜੀ ਇਹ ਲੇਕ ਹੈ ਜਿਹੜੀ ਕੱਲ ਵੀ ਬਥੇਰੇ ਵੀ ਆਪਣੇ ਇੰਡੀਆ ਨਾਲ ਸ਼ਹੀਦ ਹੋਏ ਸੀਗੇ ਤਾਂ ਪੈਂਗੋਂਗ ਟੈਸੋ ਲੇਕ ਹੈ ਲਦਾਖ ਏਰੀਆ ਦੇ ਵਿੱਚ ਆਉਂਦੀ ਹੈ ਇਹ ਬਲੀ ਲੇਕ ਇਹ ਉਹੀ ਇਹਦੇ ਵਿੱਚ ਉਹ ਜਿਹੜੀ ਆਪਣੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਐਲ ਐ ਸੀ ਲਾਈਨ ਹੈ ਇਸ ਲੇਕ ਦੇ ਥਰੂ ਪਾਸ ਹੋ ਰਹੀ ਹੈ ਤੇ ਇੰਡੀਆ ਤੇ ਚਾਈਨਾ ਦਾ ਤੁਹਾਨੂੰ ਪਤਾ ਡਿਸਪਿਊਟ ਚੱਲ ਰਿਹਾ ਅੱਜਕੱਲ ਤਾਂ ਇਸ ਇਹਹੀ ਲੇਕ ਇਹ ਈਸੀ ਲੇਕ ਦੇ ਨੇੜੇ ਤੇ ਡਿਸਪਿਊਟ ਹੋ ਰਿਹਾ ਆਪਣੀ ਗਨਵਾਰ ਵੈਲੀ ਦੇ ਵਿੱਚ ਤਾਂ ਤੁਸੀਂ ਇਹ ਦੈਟਸ ਵਾਈ ਇਹ ਨਿਊਜ਼ ਦੇ ਵਿੱਚ ਆਈ ਆ ਆਪਣੀ ਲੇਕ ਤਾਂ ਆਪਣਾ ਕਰੰਟ ਅਫੇਅਰ ਬਣ ਗਿਆ ਓਕੇ ਨੈਕਸਟ ਵਿਚ ਆਫ ਦੀ ਫੋਲਿੰਗ ਕਮੇਟੀ ਰეკਮੈਂਡਡ ਅ ਬੋਇਲੇਸ਼ਨ ਆਫ ਪੋਸਟ ਇਨ ਐਮਈਐਸ ਤਾਂ ਐਮਈਐਸ ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ਦੀ ਗੱਲ ਹੋ ਰਹੀ ਹੈ ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚ ਉਹਨਾਂ ਦੇ ਚ ਪੋਸਟਾਂ ਨੂੰ ਅਬੋਲਿਸ਼ ਕੀਤਾ ਤਾਂ ਇਹ ਕਿਹੜੀ ਕਮੇਟੀ ਦੀ ਰეკਮੈਂਡੇਸ਼ਨ ਸੀਗੀ ਤਾਂ ਡੈਰਦਾ ਸੈਕਾਤਕਰ ਕਮੇਟਿਕ ਸੈਕਾਤਕਰ ਨਾਂ ਦਾ ਇੱਕ ਲੈਫਟੇਨੈਂਟ ਜਰਨਲ ਸੀਗਾ ਉਹਦੀ ਉਹਦੀ ਰਿਪੋਰਟ ਸੀਗੀ ਜਿਹਦੇ ਅਕੋਰਡਿੰਗ ਨੀਅਰ ਅਬਾਊਟ ਸੈਂਟਰ ਨੇ ਅਬੋਲਿਸ਼ ਕਰਤੀ ਆ 9304 ਪੋਸਟਾਂ ਤਾਂ ਇਹ ਵੀ ਆਸਦਾ ਕਿੰਨੀਆਂ ਪੋਸਟਾਂ 9304 ਪੋਸਟਾਂ ਅਬੋਲਿਸ਼ ਕੀਤੀਆਂ ਨੇ ਐਮਈਐਸਮ ਆਪਣਾ ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚ ਤਾਂ ਇਹ ਸਹਿਕਤਕਰ ਕਮੇਟੀ ਦਾ ਹੈਗਾ ਨੈਕਸਟ ਆਪਰੇਸ਼ਨ ਸਮੁੰਦਰ ਸੇਤੂ ਇਜ਼ ਲਾਂਚਡ ਬਾਈ ਤਾਂ ਸਮੁੰਦਰ ਸੇਤੂ ਨਾਮ ਤੇ ਕਰੇ ਸਮੁੰਦਰ ਦੀ ਗੱਲ ਹੋ ਰਹੀ ਹੈ ਤਾਂ ਆਬਵੀਅਸ ਗੱਲ ਹੈ ਕਿ ਨੇ ਕੀਤਾ ਹੋਗਾ ਇੰਡੀਅਨ ਨੇਵੀ ਨੇ ਲਾਂਚ ਕੀਤਾ ਹੈਗਾ ਤਾਂ ਇਹ ਇੰਡੀਅਨ ਨੇਵੀ ਨੇ ਕਿਉਂ ਲਾਂਚ ਕੀਤਾ ਹੈਗਾ ਦੇਖੋ ਤਾਂ ਆਪਰੇਸ਼ਨ ਸਮੁੰਦਰ ਸ਼ਕਤੀ ਹੈਜ਼ ਬੀਨ ਲਾਂਚਡ ਬਾਈ ਇੰਡੀਅਨ ਨੇਵੀ ਟੂ ਬ੍ਰਿੰਗ ਬੈਕ ਇੰਡੀਅਨ ਸਿਟੀਜ਼ਨ ਸਟੈਂਡਰਡ ਇਨ ਮਾਲਦੀਵਸ ਤਾਂ ਇਹ ਵਾਲਾ ਕੁਐਸਚਨ ਆ ਸਕਦਾ ਹੈ ਵੀ ਇਹ ਆਪਰੇਸ਼ਨ ਜਿਹੜਾ ਸਮੁੰਦਰ ਸੇਤੂ ਚਲਾਇਆ ਗਿਆ ਸੀਗਾ ਇਹ ਆਪਣੇ ਇੰਡੀਅਨ ਨੂੰ ਬ੍ਰਿੰਗ ਬੈਕ ਲਈ ਚਲਾਇਆ ਗਿਆ ਸੀਗਾ ਇਹ ਇੰਡੀਅਨ ਕਿੱਥੇ ਸੀਗੇ ਮਾਲਦੀਵਸ ਕੰਟਰੀ ਦੇ ਵਿੱਚ ਸੀਗੇ ਤਾਂ ਇਸ ਤਰੀਕੇ ਨਾਲ ਕੁਐਸਚਨ ਵੀ ਆਸਕ ਕਰ ਸਕਦਾ ਤੁਹਾਨੂੰ ਤਾਂ ਇੰਡੀਅਨ ਨੇਵੀ ਦੀ ਗੱਲ ਕਰੀਏ ਤਾਂ ਇੰਡੀਅਨ ਨੇਵੀ ਐਸਟੈਬਲਿਸ਼ ਹੋਈ ਪਈ ਹੈ 5 ਸਪਟੈਂਬਰ 1612 ਦੇ ਵਿੱਚ ਤਾਂ ਬਹੁਤ ਪੁਰਾਣੀ ਹੈ ਇੰਡੀਅਨ ਨੇਵੀ 1612 ਦੇ ਵਿੱਚ ਐਸਟੈਬਲਿਸ਼ ਹੋਈ ਸੀਗੀ ਆਪਣੀ 5 ਸੈਪਟੈਂਬਰ ਨੂੰ ਇਹਦੇ ਜਿਹੜੇ ਚੀਫ ਨੇ ਇਹ ਆ ਇੰਡੀਅਨ ਨੇਵੀ ਸਟਾਫ ਦੇ ਕਰਮਵੀਰ ਸਿੰਘ ਤਾਂ ਕਰਮਵੀਰ ਸਿੰਘ ਨੇਵੀ ਸਟਾਫ ਦੇ ਚੀਫ ਨੇ ਤੇ ਬੜਾ ਫੇਮਸ ਨੇਵੀ ਡੇ ਆਪਾਂ ਸੈਲੀਬ੍ਰੇਟ ਕਰਦੇ ਆ 4 ਦਸੰਬਰ ਨੂੰ ਤਾਂ 4th ਆਫ ਦਿਸੰਬਰ ਨੂੰ ਆਪਾਂ ਨੇਵੀ ਡੇ ਸੈਲੀਬ੍ਰੇਟ ਕਰਦੇ ਆ ਨੈਕਸਟ ਵਾਟ ਇਜ਼ ਅ ਹੈਲੀਕਾਪਟਰ ਮਨੀ ਵਾਟ ਇਜ਼ ਹੈਲੀਕਾਪਟਰ ਮਨੀ ਤਾਂ ਇਹ ਵੀ ਇੱਕ ਟਰਮ ਹੁਣੀ ਨਿਊਜ਼ ਦੇ ਵਿੱਚ ਆਈ ਸੀ ਹੈਲੀਕਾਪਟਰ ਮਨੀ ਤਾਂ ਇਹਦਾ ਕੀ ਲਿੰਕ ਹੈਗਾ ਕਹਿੰਦੇ ਪ੍ਰਿੰਟ ਐਂਡ ਡਿਸਟ੍ਰੀਬਿਊਟ ਮਨੀ ਟੂ ਪਬਲਿਕ ਕਹਿੰਦੇ ਨਵੀਂ ਮਨੀ ਪ੍ਰਿੰਟ ਕਰਕੇ ਪਬਲਿਕ ਵਿੱਚ ਡਿਸਟ੍ਰੀਬਿਊਟ ਕੀਤੀ ਜਾਵੇ ਇਸ ਨੂੰ ਹੈਲੀਕਾਪਟਰ ਮਨੀ ਕਰਦੇ ਹੈਲੀਕਾਪਟਰ ਮਨੀ ਕਹਿੰਦੇ ਨੇ ਜਿਹੜਾ ਆਪਣਾ ਕੋਵਿਡ 19 ਕਰਕੇ ਤੇਲੰਗਾਨਾ ਦੇ ਸੀਐਮ ਨੇ ਜਿਹੜੇ ਕੇ ਚੰਦਰਸ਼ੇਖਰ ਰਾਓ ਕੇ ਚੰਦਰਸ਼ੇਖਰ ਰਾਉ ਨੇ ਇਹਨਾਂ ਨੂੰ ਸੁਜੈਸਟ ਕੀਤਾ ਸੀਗਾ ਇਹ ਇੰਡੀਆ ਦੀ ਗਵਰਨਮੈਂਟ ਨੂੰ ਵੀ ਹੈਲੀਕਾਪਟਰ ਮਨੀ ਲਾਂਚ ਕੀਤੀ ਜਾਵੇ ਜਿਹਦੇ ਨਾਲ ਆਪਾਂ ਜੋ ਵੀ ਇਕਨੋਮਿਕ ਆਪਣਾ ਡਾਊਨ ਜਾ ਰਹੇ ਆ ਉਹ ਤੋਂ ਆਪਾਂ ਠੀਕ ਹੋ ਜਾਾਂਗੇ ਤਾਂ ਇਹ ਆਪਣੀ ਟਰਮ ਸਭ ਤੋਂ ਪਹਿਲਾਂ ਕੋਇਨ ਕੀਤੀ ਸੀਗੀ ਅਮਰੀਕਨ ਇਕਨੋਮਿਸਟ ਮਿਲਟਨ ਫ੍ਰੈਡਮਨ ਨੇ ਤਾਂ ਇਹ ਵੀ ਕੁਐਸਚਨ ਆ ਸਕਦਾ ਵੀ ਇਹ ਵਾਲੀ ਜਿਹੜੀ ਟਰਮ ਹੈ ਕਿਹਨੇ ਕੋਇਨ ਕੀਤੀ ਸੀਗੀ ਹੈਲੀਕਾਪਟਰ ਮਨੀ ਤਾਂ ਮਿਲਟਨ ਫ੍ਰੈਡਮਨ ਨੇ ਇਹ ਵਾਲੀ ਜਿਹੜੀ ਟਰਮ ਹੈਗਾ ਲਾਂਚ ਕੀਤੀ ਸੀਗੀ ਨੈਕਸਟ ਈਰਾਨ ਹੈਜ਼ ਚੇਂਜਡ ਇਟਸ ਕਰੰਸੀ ਫ੍ਰੋਮ ਰੀਅਲ ਟੂ ਡੈਸ਼ ਤਾਂ ਈਰਾਨ ਨੇ ਆਪਣੀ ਕਰੰਸੀ ਚੇਂਜ ਕੀਤੀ ਹੈ ਰੀਅਲ ਤੋਂ ਤੁਮਾਨ ਇਹਦੀ ਕਰੰਸੀ ਹੋਈ ਹੈ ਨਵੀਂ ਤਾਂ ਬੇਸਿਕਲੀ ਕਿਹ ਕਰੰਸੀ ਰੀਅਲ ਹੀ ਹੈ ਅਸਲ ਦੇ ਵਿੱਚ ਤੁਮਾਨ ਉਹਦੀ ਇੱਕ ਅਪ ਵਰਜ਼ਨ ਦੀ ਕਰੰਸੀ ਲਿਆਤੀ ਹੁਣ ਵੀ ਜਿਹੜੇ ਨੋਟ ਉੱਥੇ ਛਾਪ ਰਹੇ ਨੇ ਤਾਂ ਰੀਅਲ ਦੇ ਹੀ ਛਾਪ ਰਹੇ ਨੇ ਤਾਂ ਮੇਨ ਤਾਂ ਕਰੰਸੀ ਰੀਅਲ ਹੈ ਬਟ ਹੁਣ ਜਦੋਂ ਮਾਰਾ ਚੇਂਜ ਹੋਇਆ ਹੈ ਤਾਂ ਕੁਐਸਚਨ ਦੋਨੇ ਇਸ ਤਰੀਕੇ ਨਾਲ ਹੀ ਆਣਿਆ ਹੈਗਾ ਤਾਂ ਈਰਾਨ ਦੀ ਜਿਹੜੀ ਨਵੀਂ ਕਰੰਸੀ ਦਾ ਉਹਦਾ ਨਾਮ ਕੀ ਆ ਤੂਮਾਨ ਉਸ ਕਰੰਸੀ ਦਾ ਨੇਮ ਹੈਗਾ ਬੇਸਿਕਲੀ ਇਹ ਵੀ ਆਸਦਾ ਇੱਕ ਤੂਮਾਨ ਕਿਦੇ ਇੱਕ ਉਹਲਾ 10000 ਰੀਅਲਸ ਦੇ ਇੱਕ ਉਹ ਤਾਂ ਰੀਅਲ 10000 ਰੀਅਲ ਨੂੰ ਮਿਲਾ ਕੇ ਇੱਕ ਤੂਮਾਨ ਬਣ ਜਾਂਦਾ ਓਕੇ ਤਾਂ ਦੈਟਸ ਵਾਈ ਦੋਹਾਂ ਦੋਹੀਂ ਸੇਮ ਜੇ ਕਰੰਸੀਜ਼ ਨੇ ਤਾਂ ਜਿਆਦਾ ਦੇਖੋ ਤੂਮਾਨ ਤੇ ਰੀਅਲ ਇਹ ਆਪਣੇ ਈਰਾਨ ਦੀ ਕਰੰਸੀ ਹੈ ਈਰਾਨ ਦੀ ਕੈਪੀਟਲ ਆਪਾਂ ਨੇ ਕਿਤੇ ਸੀ ਤਹਿਰਾਨ ਈਰਾਨ ਦੀ ਕੈਪੀਟਲ ਹੈਗੀ ਹੈ ਤਾਂ ਆਪਾਂ ਨੇ ਪਹਿਲਾਂ ਨੋਟ ਕਰ ਲਿਆ ਸੀਗਾ ਨੈਕਸਟ द सेंटर हैज लॉन्च्ड अ क्रेडिट फैसिलिटी फॉर स्ट्रीट वेंडर्स वेयर अ वेंडर कैन गेट अ लोन ऑफ अप टू ਤਾਂ ਜਿਹੜੇ ਸਟਰੀਟ ਵੈਂਡਰਸ ਹੁੰਦੇ ਨੇ ਆਹੀ ਜਿਹੜੇ ਰੇਡੀ ਵਾਲੇ ਹੁੰਦੇ ਨੇ ਸੈਂਟਰ ਸਰਕਾਰ ਨੇ ਇੱਕ ਸਕੀਮ ਚਲਾਈ ਹੈ ਵੀ ਤੁਸੀਂ ਸਰਕਾਰ ਤੋਂ ਲੋਨ ਲੈ ਸਕਦੇ ਹੋ ਉਹ ਲੋਨ ਅਪ ਟੂ ਕਿੰਨੇ ਤੱਕ ਲੈ ਸਕਦਾ 10000 ਰੁਪਏ ਤੱਕ ਦਾ ਲੋਨ ਲੈ ਸਕਦੇ ਆ ਤਾਂ ਸੀ ਆਪਸ਼ਨ 10000 ਦਾ ਉੱਤੇ ਤੁਸੀਂ ਟਿਕ ਲਾ ਦੋਗੇ ਨੈਕਸਟ ਦੀ ਫੋਰਨ ਮਿਨਿਸਟਰਸ ਮੀਟ ਆਫ ਐਸਸੀਓ ਸ਼ੈਂਗਾਈ ਆਰਗੇਨਾਈਜੇਸ਼ਨ Shanghai Cooperation Organization was organized recently by ਤਾਂ ਫੋਰਨ ਮਨਿਸਟਰ ਦੀ ਮੀਟ ਹੋਈ ਸੀ ਰੀਸੈਂਟਲੀ ਐਸਿਓ ਦੀ ਤਾਂ ਕਿਹੜੀ ਕੰਟਰੀ ਨੇ ਆਰਗੇਨਾਈਜ਼ ਕੀਤੀ ਸੀ ਰਸ਼ੀਆ ਕੰਟਰੀ ਨੇ ਆਰਗੇਨਾਈਜ਼ ਕੀਤੀ ਸੀਗੀ ਆਪਣੇ ਐਸਿਓ ਤਾਂ ਐਸਿਓ ਦੀ ਗੱਲ ਕਰੀਏ ਬੜੀ ਫੇਮਸ ਆਪਣੇ ਪੀਸੀਐਸ ਦੇ ਲਈ ਅੱਗੇ ਆ ਸਕਦਾ ਪਹਿਲਾ ਰਸ਼ੀਆ ਦੀ ਗੱਲ ਕਰੀਏ ਰਸ਼ੀਆ ਦੀ ਜਿਹੜੀ ਕੈਪੀਟਲ ਹੈਗਾ ਮਾਸਕੋ ਹੈ ਤੇ ਜਿਹੜੀ ਜਿਹੜੀ ਕਰੰਸੀ ਹੈਗਾ ਰੂਬਲ ਇਹਦੀ ਕਰੰਸੀ ਹੈ ਤੇ ਪ੍ਰੈਜ਼ੀਡੈਂਟ ਵਲਦੀਮੀਰ ਪੁਤਿਨ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਆਪਣੇ ਰਸ਼ੀਆ ਦੇ ਉਸ ਤੋਂ ਐਸਿਓ ਜਿਹੜੀ ਸ਼ੈਂਗਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ ਇਸਦੇ ਬਾਰੇ ਗੱਲ ਕਰੀਏ ਐਸਟੈਬਲਿਸ਼ ਹੋਈ ਸੀ 15 ਜੂਨ 2001 ਨੂੰ ਐਸਟੈਬਲਿਸ਼ ਹੋਈ ਸੀ ਤੇ ਇਹਦਾ ਜਿਹੜਾ ਹੈੱਡਕੁਆਟਰ ਹੈਗਾ ਬੀਜਿੰਗ ਚਾਈਨਾ ਦੇ ਜੀ ਗੱਲ ਸੁਣੋ ਦੇਖੋ ਸ਼ੇਂਗਾਈ ਨਾ ਦਾ ਸ਼ਹਿਰ ਵੀ ਤੁਹਾਨੂੰ ਪਤਾ ਚਾਈਨਾ ਦੇ ਵਿੱਚ ਹੈ ਬੀਜਿੰਗ ਨਾ ਦਾ ਸ਼ਹਿਰ ਵੀ ਚਾਈਨਾ ਦੇ ਵਿੱਚ ਹੈ ਕਈ ਵਾਰ ਨਾ ਭੁੱਲ ਜੰਨੇ ਆ ਵੀ ਹਾਂ ਵੀ ਇਹਦਾ ਹੈੱਡਕੁਆਟਰ ਕਿਤਾ ਸ਼ੇਂਗਾਈ ਕੋਆਪਰੇਸ਼ਨ ਦਾ ਸ਼ੇਂਗਾਈ ਵਿੱਚ ਤਾਂ ਹੋਏਗਾ ਨਹੀਂ ਕਿਦੇ ਵਿੱਚ ਹੋਏਗਾ ਤਾਂ ਹੈੱਡਕੁਆਟਰ ਬੀਜਿੰਗ ਦੇ ਵਿੱਚ ਹੋਏਗਾ ਤਾਂ ਟੋਟਲ ਮੈਂਬਰ ਕਿੰਨੇ ਕੰਟਰੀ ਨੇ ਅੱਠ ਕੰਟਰੀਜ਼ ਮੈਂਬਰ ਨੇ ਇਹ ਵੀ ਕੁਸ਼ਾਂ ਵੀ ਇੰਡੀਆ ਕਿਸ ਦਾ ਮੈਂਬਰ ਹੈਗਾ ਯਸ ਇੰਡੀਆ ਇਜ਼ ਦਾ ਮੈਂਬਰ ਹੈਗਾ ਐਸ ਸੀਓ ਦਾ ਉਸ ਤੋਂ ਬਾਅਦ ਕਿਹੜੇ ਕਿਹੜੇ ਮੈਂਬਰ ਹੈਗੇ ਨੇ ਦੇਖੋ ਆਪਣੇ ਇੰ ਪਾਕਿਸਤਾਨ ਇਹ ਤਿੰਨੇ ਨੇਬਰ ਹੋ ਗਿਆ ਆਪਣੇ ਇੰਡੀਆ ਚਾਈਨਾ ਤੇ ਪਾਕਿਸਤਾਨ ਉਸ ਤੋਂ ਬਾਅਦ ਆਪਣਾ ਇੱਕ ਰਸ਼ੀਆ ਉਸ ਤੋਂ ਬਾਅਦ ਆਪਣਾ ਕਜ਼ਾਕਿਸਤਾਨ ਕਿਰਗਿਸਤਾਨ ਆਪਣਾ ਤਜਾਕਿਸਤਾਨ ਤੇ ਉਜ਼ਬੇਕਿਸਤਾਨ ਤਾਂ ਇਹ ਚਾਰ ਸਤਾਨ ਨੇ ਜਿਹੜੇ ਆਪਣੇ ਕਜ਼ਾਕਿਸਤਾਨ ਕਿਰਗਿਸਤਾਨ ਉਜ਼ਬੇਕਿਸਤਾਨ ਤੇ ਤਜਾਕਿਸਤਾਨ ਇਹ ਚਾਰ ਆਪਣੇ ਚਾਰ ਤੇ ਚਾਰ ਅੱਠ ਟੋਟਲ ਮੈਂਬਰ ਨੇ ਐਸਈਓ ਦੇ ਤਾਂ ਕੁਐਸਚਨ ਇਸ ਤਰੀਕੇ ਨਾਲ ਬਣ ਜਾਂਦਾ ਵਿਚ ਆਫ ਦੀ ਫੋਲੋਇੰਗ ਕੰਟਰੀ ਇਜ਼ ਨਾਟ ਮੈਂਬਰ ਆਫ ਐਸਈਓ ਇਸ ਤਰੀਕੇ ਨਾਲ ਕੁਐਸਚਨ ਐਗਜ਼ਾਮ ਦੇ ਵਿੱਚ ਆ ਜਾਂਦਾ ਹੁੰਦਾ ਤਾਂ ਨੈਕਸਟ ਕੁਐਸਚਨ ਹੈ ਅੰਡਰ ਦੀ 1 ਕਲਾਸ 1 ਚੈਨਲ ਇਨੀਸ਼ੀਏਟਿਵ ਵਿਚ ਆਫ ਦੀ ਫਾਲੋਇੰਗ ਡੀਟੀਐਚ ਚੈਨਲ ਹੈਵ ਬੀਨ ਲਾਂਚਡ ਬਾਈ ਦੀ ਗਵਰਨਮੈਂਟ ਟੂ ਪ੍ਰੋਵਾਈਡ ਸਕੂਲ ਐਜੂਕੇਸ਼ਨ ਟੂ ਚਿਲड्रन ਤਾਂ 1 ਕਲਾਸ 1 ਚੈਨਲ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈਗਾ ਤਾਂ ਇਹ ਲਾਂਚ ਕੀਤਾ ਬੇਸਿਕਲੀ ਕਿਸ ਪ੍ਰੋਗਰਾਮ ਦਾ ਸਵਯੰ ਪ੍ਰਭਾ ਦੇ ਅੰਡਰ ਤਾਂ ਸਵਯੰ ਪ੍ਰਭਾ ਨਾਮ ਇਨੀਸ਼ੀਏਟਿਵ ਸੀਗਾ ਤਾ ਸਵయం ਪ੍ਰਭਾਤ ਬੀ ਆਪਸ਼ਨ ਸਵయం ਪ੍ਰਭਾ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਨੈਕਸਟ ਨੇਮ ਦੀ ਮਿਸ਼ਨ ਲਾਂਚਡ ਬਾਈ ਦੀ ਗਵਰਨਮੈਂਟ ਟੂ ਪ੍ਰੋਵਾਈਡ ਮੈਡੀਕਲ ਅਸਿਸਟੈਂਟ ਟੂ ਆਈਲੈਂਡਸ ਨੇਸ਼ਨ ਇਨ ਦੀ ਇੰਡੀਅਨ ਓਸ਼ੀਨ ਤਾ ਇੰਡੀਅਨ ਓਸ਼ੀਨ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਮਿਸ਼ਨ ਚਲਾਇਆ ਸੀਗਾ ਵੀ ਉਹਨਾਂ ਕੰਟਰੀ ਦੀ ਹੈਲਪ ਕਰਨ ਦੇ ਲਈ ਤਾ ਉਹ ਮਿਸ਼ਨ ਦਾ ਨਾਮ ਰੱਖਿਆ ਮਿਸ਼ਨ ਸਾਗਰ ਟਾਈਮ ਮਿਸ਼ਨ ਸਾਗਰ ਦੀ ਗੱਲ ਕਰੀਏ ਪਹਿਲਾਂ ਸਾਗਰ ਦੀ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਸਾਗਰ ਦੀ ਫੁੱਲ ਸਿਕਿਉਰਿਟੀ ਐਂਡ ਗਰੋਥ ਫॉर 올 ਇਨ ਦੀ ਰੀਜਨ ਇਹ ਲਾਂਚ ਹੋਈ ਸੀ 2015 ਦੇ ਵਿੱਚ ਇੰਡੀਆ ਨੇ ਰੀਸੈਂਟਲੀ ਇਹ ਆਪਣਾ ਨੇਵੀ ਸ਼ਿਪ ਭੇਜਿਆ ਕੇਸਰੀ ਤਾਂ ਕੈਰੀਂਗ ਫੂਡ ਆਈਟਮ ਐਂਡ ਮੈਡੀਕਲ ਅਸਿਸਟੈਂਸ ਟੂ ਕੰਟਰੀਜ਼ ਇਨ ਦੀ ਸਦਰਨ ਇੰਡੀਅਨ ਓਸ਼ੀਅਨ ਟੂ ਡੀਲ ਵਿਦ ਕੋਵਿਡ 19 ਪੈਂਡੈਮਿਕ ਐਜ਼ ਆ ਪਾਰਟ ਆਫ ਮਿਸ਼ਨ ਸਾਗਰ ਇਨੀਸ਼ੀਏਟਿਵ ਉਸ ਤੋਂ ਅਗਲ ਕਰੇ ਜਿਹੜੇ ਕੰਟਰੀਜ਼ ਨੇ ਮੰਗ ਕੀਤੀ ਸੀ ਮਾਲਦੀਵਜ਼ ਮូរੇਸ਼ੀਅਸ ਮਦਗਾਸਕਰ ਕੋਮੋਰੋਜ਼ ਤੇ ਸੈਚਲਸ ਨਾਂ ਦੇ ਕੰਟਰੀ ਨੇ ਰਿਕੁਐਸਟ ਕੀਤੀ ਸੀ ਇੰਡੀਆ ਨੂੰ ਵੀ ਹੈਲਪ ਕੀਤੀ ਜਾਵੇ ਉਹਨਾਂ ਦੀ ਕੋਵਿਡ 19 ਨੂੰ ਸੈੱਟ ਕਰਨ ਦੇ ਲਈ ਤੇ ਇੱਕ ਬਹੁਤ ਹੀ ਫੇਮਸ ਇੰਡੀਅਨ ਓਸ਼ੀਅਨ ਕਮਿਸ਼ਨ ਹੁੰਦਾ ਹੈ ਇਹਦੇ ਪੰਜ ਮੈਂਬਰ ਨੇ ਮូរੇਸ਼ੀਅਸ ਮਦਗਾਸਕਰ ਕੋਮੋਰੋਜ਼ ਸੈਚਲਸ ਤੇ ਲਾ ਯੂਨੀਅਨ ਤਾਂ ਹੁਣੀ ਰੀਸੈਂਟਲੀ ਨਿਊਜ਼ ਦੇ ਵਿੱਚ ਹੈ ਕਿਉਂਕਿ ਇੰਡੀਆ ਨੇ ਇੰਡੀਆ ਨੂੰ ਐਜ਼ ਅ অবজারভার ਦਾ ਸਟੇਟਸ ਮਿਲਿਆ ਹੈ ਇਸ ਦੇ ਵਿੱਚ ਆਈਓਸੀ ਦੇ ਵਿੱਚ ਤਾਂ ਇਸ ਤਰੀਕੇ ਨਾਲ ਅੱਜ ਦਾ ਸੈਸ਼ਨ ਆਪਣਾ ਕੰਪਲੀਟ ਹੋ ਜਾਂਦਾ ਹੈ ਥੈਂਕ ਯੂ एवरीवन ਫॉर ਵਾਚਿੰਗ ਮਾਈ ਵੀਡੀਓ ਤਾਂ ਜੇਕਰ ਤੁਹਾਨੂੰ ਸੈਸ਼ਨ ਬਹੁਤ ਅੱਛਾ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਬੇਟਾ ਵੀ ਤਾਂ ਜੋ ਵੱਧ ਤੋਂ ਵੱਧ ਬੱਚੇ ਅੱਛੇ ਅੱਛੇ ਕਰੰਟ ਅਫੇਅਰ ਦੇ ਵੀਡੀਓਜ਼ ਦੇਖ ਸਕਣਗੇ ਤੇ ਹੋਰ ਵੀ ਮੈਂ ਵੀਡੀਓ ਹਰ ਡੇਲੀ ਅਪਡੇਟ ਕਰਦਾ ਬੇਟਾ ਵੀ ਤਾਂ ਜੋ ਤੁਹਾਨੂੰ ਮੈਂ ਵੱਧ ਤੋਂ ਵੱਧ ਡਾਟਾ ਪ੍ਰੋਵਾਈਡ ਕਰ ਸਕਾਂ ਵੀਡੀਓ ਦੇਤੇ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਥੈਂਕ ਯੂ एवरीवन फॉर वाचिंग ਮਾਈ ਵੀਡੀਓ